ਇਟਸ ਯੂਅਰ ਬੋਡੀ ਬੋਡੀ ਬਾਬਾ। ਤੇ ਕਈ ਵਾਰੀ ਮੈਂ ਵੀ ਗੀਤ ਲੈ ਕੇ ਜਾਂਦਾ ਸੀ ਕਲਾਕਾਰ ਕੋਲ, ਕੋਈ ਕਈ ਕਈ ਗੱਲ ਨਹੀਂ ਸੀ ਸੁਣਦੇ ਬੰਦੇ। ਹਾਂਜੀ ਹਾਂਜੀ, ਕਈ ਵਾਰੀ ਤਾਂ ਦਰਵਾਜ਼ਾ ਨਹੀਂ ਸੀ ਖੋਲਦੇ ਬੰਦੇ। ਬਾਕੀ ਗੀਤਕਾਰੀ 'ਚ ਉਹਨੇ ਪੈਸੇ ਨਹੀਂ ਸੀਗੇ। ਅੱਛਾ, ਬਾਕੀ ਬੰਦਾ ਗੀਤ ਲਿਖ ਕੇ ਦੇ ਦਿੰਦਾ ਕਲਾਕਾਰ ਨੂੰ, ਹੈ ਨਾ। ਕਲਾਕਾਰ ਤਾਂ ਹਜ਼ਾਰਾਂ ਰੁਪਈਏ ਕਮਾਉਂਦਾ ਹੀ ਕਮਾਉਂਦਾ, ਹੈ ਨਾ। ਅਤੇ ਉਸ ਤੋਂ ਬਾਅਦ ਵੀ ਸਾਡੇ ਹੋਰ ਵੀ ਬਹੁਤ ਅੱਛੇ ਗੀਤਕ ਗੀਤਕਾਰਾਂ ਦੀ ਇਹ ਤਰਾਸਦ ਹੀ ਹੈ ਸਾਡੇ ਪੰਜਾਬ 'ਚ ਕਰ ਕਰਕੇ, ਵੀ ਕਲਾਕਾਰਾਂ ਨੂੰ ਤਾਂ ਆਪਣੇ ਸਟੇਜਾਂ ਤੋਂ ਪੈਸੇ ਬਣ ਜਾਂਦੇ ਆ, ਅਤੇ ਸਾਡਾ ਸਾਡਾ ਗੀਤਕਾਰ ਆ ਨਾ ਜਿਹੜਾ ਬਹੁਤ ਪਿੱਛੇ ਰਹਿ ਜਾਂਦਾ। ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ, ਵੀਰ ਮੇਰੇ ਰਹਿਣ ਵਸਦੇ। ਭਾਈ ਜੀ, ਜਿਵੇਂ ਤੁਹਾਡਾ ਅਮਰ ਸਿੰਘ ਚਮਕੀਲਾ ਜੀ ਨਾਲ ਵੀ ਚੰਗਾ ਪਿਆਰ ਹੈ, ਸਾਡੇ ਗਾਣੇ ਵੀ ਉਹਨਾਂ ਨੇ ਗਾਏ ਆ, ਉਹਨਾਂ ਸਾਡੇ ਥੱਲੇ ਆ ਕੇ, ਕਿਉਂਕਿ ਉਹਨਾਂ ਦਾ ਲੱਖਾਂ ਕਰੋੜਾਂ ਫੈਨ ਹਜੇ ਤੱਕ ਵੀ ਆ, ਉਹਨਾਂ ਬਾਰੇ ਸਾਨੂੰ ਕੁਝ ਦੱਸੋ ਵੀ ਉਹ ਗੱਲ ਹੈ ਵੀ ਆਪਾਂ ਕਿਵੇਂ ਸਬੱਬ ਬਣਿਆ ਸੀ, ਕਿਉਂਕਿ ਉਹ ਖੁਦ ਬੜਾ ਵਧੀਆ ਲੱਗਦੇ। ਤੁਹਾਨੂੰ ਦੱਸ ਉਹਦੇ ਨਾਲ ਮੇਰੀ ਬੜੀ ਮਿੱਤਰਤਾ ਸੀ। ਉਹਨੇ ਹੋਰ ਵੀ ਕਾਫੀ ਕਲਾਕਾਰਾਂ ਦੇ ਗੀਤਕਾਰਾਂ ਦੇ ਗੀਤ ਗਾਏ ਆ, ਤੇ ਮੈਨੂੰ ਕਹਿੰਦਾ ਹੁੰਦਾ ਸੀ ਪਾਲੀ ਦੀ ਵਾਲੀ ਤੇਰਾ ਮੈਂ ਜ਼ਰੂਰ ਗੀਤ ਗਾਉਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ, ਹੌਲੀ ਹੌਲੀ ਬਾਬਾ ਜੀ ਨਾਲ ਲੇਖਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੇ ਕਲਾਕਾਰ ਦੀ ਮੁਲਾਕਾਤ ਕਰਾਉਣ ਲੱਗਿਆ ਜਿਸ ਨੇ ਆਪਣੇ ਪੂਰੇ ਜੀਵਨ ਵਿੱਚ ਸਾਫ਼ ਸੁਥਰੇ ਤੇ ਸੱਭਿਆਚਾਰਕ ਗੀਤ ਗਾਏ। ਉਹਨਾਂ ਨੇ ਹਮੇਸ਼ਾ ਹੀ ਧੀਆਂ ਭੈਣਾਂ ਲਈ ਖਾਸ ਤੌਰ ਤੇ ਗਾਣੇ ਗਾਏ ਤੇ ਉਹਨਾਂ ਦੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਉਹਨਾਂ ਨੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਧੁੰਮਾਂ ਪਾਈਆਂ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਪਾਲੀ ਦੇਤ ਵਾਲੇ ਜੀ ਦੀ ਮੁਲਾਕਾਤ ਕਰਾਉਣ ਲੱਗਿਆ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕੀਤਾ ਪਰ ਕਦੇ ਹਿੰਮਤ ਨਹੀਂ ਹਾਰੀ ਤੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਹਮੇਸ਼ਾ ਮਨੋਰੰਜਨ ਕੀਤਾ। ਸੋ ਦੋਸਤੋ, ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜਿੰਨੇ ਵੀ ਪਾਲੀ ਦੇਤ ਵਾਲੇ ਜੀ ਦੇ ਫੈਨ ਆ ਇਸ ਵੀਡੀਓ ਨੂੰ ਜਦ ਤੋਂ ਜ਼ਿਆਦਾ ਲਾਈਕ ਕਰ ਦਿਓ। ਘੱਟੋ ਘੱਟ ਇਸ ਵੀਡੀਓ ਦੇ 5000 ਲਾਈਕ ਹੋਣੇ ਚਾਹੀਦੇ ਆ ਕਿਉਂਕਿ ਅਜਿਹੇ ਸਿੰਗਰ ਕਦੇ ਕਦੇ ਹੀ ਪੈਦਾ ਹੁੰਦੇ ਆ ਜਿਹੜੇ ਇੰਨਾ ਵਧੀਆ ਗਾਉਂਦੇ ਆ। ਤੇ ਆਓ ਦੋਸਤੋ, ਆਪਾਂ ਤੁਹਾਡੀ ਹੁਣ ਪਾਲੀ ਦੇਤ ਵਾਲੇ ਜੀ ਨਾਲ ਮੁਲਾਕਾਤ ਕਰਾਉਣੇ ਆ। ਮਾਂ ਵੀ ਕਹਿ ਦਿੱਤੀਆਂ ਤਾਈ ਮਰ ਜਾਣੀਆਂ, ਮਾਂ ਵੀ ਕਹਿ ਦਿੱਤੀਆਂ ਤਾਈ ਮਰ ਜਾਣੀਆਂ, ਬਾਪੂ ਵੀ ਕਹਿੰਦਾ ਧੀਆਂ ਤਾਈ ਮਰ ਜਾਣੀਆਂ, ਪਰ ਇਹ ਦੁੱਖੜੇ ਹੰਢਾਉਣ ਜੋਗੀਆਂ, ਪੁੱਤਾਂ ਤਾਈ ਜਿਉਣ ਜੋਗੇ ਕਹਿਣ ਵਾਲਿਓ, ਕਦੇ ਧੀਆਂ ਨੂੰ ਵੀ ਕਿਹਾ ਕਰ ਰਜਾਉਣ ਜੋਗੀਆਂ, ਧੀਆਂ ਨੂੰ ਵੀ ਕਿਹਾ ਕਰ ਰਜਾਉਣ ਜੋਗੀਆਂ। ਦੋਸਤੋ, ਪਿਆਰ ਭਾਈ, ਸਤਿ ਸ਼੍ਰੀ ਅਕਾਲ। ਅੱਜ ਮੇਰਾ ਛੋਟਾ ਵੀਰ ਜਗਮੀਤ ਜੀ ਇੰਟਰਵਿਊ ਲੈਣ ਲਈ ਆਏ ਆ, ਮੈਨੂੰ ਬੜੀ ਖੁਸ਼ੀ ਹੋਈ ਆ। ਅੱਜ ਮੈਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰੂੰਗਾ। ਸਤਿ ਸ਼੍ਰੀ ਅਕਾਲ ਜੀ, ਜਿਹੜਾ ਗਾਣਾ ਸੁਣਾਇਆ ਬੜਾ ਵਧੀਆ ਲੱਗਿਆ, ਬਹੁਤ ਹੀ ਸੋਹਣਾ ਗਾਣਾ, ਜਿਵੇਂ ਤੁਸੀਂ ਪਹਿਲਾਂ ਹੀ ਸੱਭਿਆਚਾਰਕ ਗੀਤ ਗਾਉਣੇ ਹੋ ਤੇ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਸਭ ਤੋਂ ਪਹਿਲਾਂ ਦੱਸੋ ਜੀ। ਗੱਲ ਆ ਜਗਮੀਤ ਜੀ, ਵੀ ਮੈਂ ਅਸੀਂ ਤਾਂ ਸਧਾਰਨ ਜੀਵਨ ਜੀਉਣ ਵਾਲੇ ਬੰਦੇ ਹਾਂ, ਬਿਲਕੁਲ ਪੇਂਡੂ ਬੰਦੇ ਹਾਂ, ਪੇਂਡੂ ਸੱਭਿਆਚਾਰ ਦੇ ਨਾਲ ਜੁੜੇ ਹਾਂ। ਅਸਲੀ ਗੱਲ ਹੈ ਵੀ ਮੇਰੇ ਜਿਹੜੇ ਸਰੋਤੇ ਵੀ ਨੇ ਬਿਲਕੁਲ ਦਿਹਾਤੀ ਜ਼ਿਆਦੇ ਆ, ਸ਼ਹਿਰੀ ਸਰੋਤੇ ਮੇਰੇ ਬਹੁਤ ਘੱਟ ਨੇ। ਬਾਕੀ ਜਿਹੜੇ ਬਾਹਲੇ ਸ਼ੌਕੀਨ ਬੰਦੇ ਆ ਨਾ, ਤੁਹਾਨੂੰ ਲੱਗਦਾ ਸ਼ਹਿਰੀ ਵੀ ਤੁਹਾਨੂੰ ਬਹੁਤ ਪਿਆਰ ਕਰਦੇ, ਈਵਨ ਵਿਦੇਸ਼ਾਂ ਵਿੱਚ ਬੈਠੇ ਵੀ ਲੋਕ ਤੁਹਾਨੂੰ ਬੜਾ ਪਿਆਰ ਕਰਦੇ। ਹਾਂ, ਵੈਸੇ ਦੂਰਦਰਸ਼ਨ ਵਾਲੇ ਤੇ, ਦੂਰਦਰਸ਼ਨ ਤਾਂ ਆਮ ਦੁਨੀਆ ਸੁਣਦੀ ਆ, ਇੱਥੇ ਹੁਣ ਦੂਰਦਰਸ਼ਨ ਮੈਂ ਕਿਹਾ ਵੀ ਜਦੋਂ ਦਾ ਚੱਲਦਾ ਨਾ, ਪੰਜਾਬੀ ਕਲਾਕਾਰ ਸੀ ਜਿਹਨੇ ਦੂਰਦਰਸ਼ਨ ਨੇ ਬਹੁਤ ਪੈਦਾ ਕੀਤੇ, ਹੁਣ ਬਹੁਤ ਅੱਛੇ ਅੱਛੇ ਚੈਨਲ ਆ ਗਏ, ਠੀਕ ਆ ਵੀ ਬਹੁਤ ਤਰੱਕੀ ਕੀਤੀ ਆ, ਸਾਡੇ ਦੇਸ਼ ਨੇ ਵੀ, ਸਾਡੇ ਪੰਜਾਬ ਨੇ ਵੀ, ਸਾਡੇ ਕਲਾਕਾਰਾਂ ਨੇ ਵੀ। ਮੈਨੂੰ ਬਹੁਤ ਚੰਗਾ ਲੱਗਦਾ, ਮੈਨੂੰ ਸਧਾਰਨ ਗੀਤ ਗਾਉਣੇ, ਪਰਿਵਾਰਕ ਗੀਤ ਗਾਉਣੇ ਬਹੁਤ ਚੰਗੇ ਲੱਗਦੇ। ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ। ਛੋਟਾ ਗੀਤ ਸੁਣਾ ਕੇ ਦੱਸਦਾ ਤੁਹਾਨੂੰ। ਹੋ ਬਣ ਗਈਆਂ ਨੇ ਕਲੋਨੀਆਂ ਤੇ ਰਹਿ ਨਹੀਂ ਉਹ ਖੇਤ, ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਟਿੱਬਿਆਂ ਦੀ ਰੇਤ, ਹੋ ਵੱਡੇ ਵੱਡੇ ਖੇਤਾਂ ਦੇ ਪਲਾਂਟ ਕੱਟ ਦਿੱਤੇ, ਵੱਡੇ ਵੱਡੇ ਖੇਤਾਂ ਦੇ ਪਲਾਂਟ ਕੱਟ ਦਿੱਤੇ, ਵੱਡ ਰੁੱਖਾਂ ਨੂੰ ਪਰਿੰਦਿਆਂ ਦੇ ਘਰ ਠਾ ਗਿਆ, ਚਾਲੀ ਪਿੰਡਾਂ ਦੀ ਜ਼ਮੀਨ, ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ, ਚਾਲੀ ਪਿੰਡਾਂ ਦੀ ਜ਼ਮੀਨ। ਜਗਮੀਤ ਜੀ, ਇਹ ਸਾਡੇ ਬਹੁਤ ਅੱਛੇ ਅੱਛੇ ਕਲਾਕਾਰ, ਸਾਡੇ ਦੀਦਾਰ ਸੰਜੂ ਜੀ, ਸੰਦੀਲਾ ਸਾਹਿਬ ਜੀ, ਗੁਰਦਾਸ ਮਾਨ ਸਾਹਿਬ ਜੀ, ਗੀਤਕਾਰੀ ਤੋਂ ਮੇਰੇ ਖਿਆਲ ਸ਼ੁਰੂ ਹੋਇਆ ਸਾਰੇ, ਤੇ ਉਹ ਤਾਂ ਨਾਲ ਨਾਲ ਕਲਾਕਾਰ ਸੀ ਸਾਡੇ ਯਮਲਾ ਜੀ। ਇਹ ਥੋੜੇ ਕਲਾਕਾਰ ਨੇ ਜਿਹੜੇ ਗੀਤਕਾਰੀ ਦੇ ਨਾਲ ਕਲਾਕਾਰ ਨੇ। ਅੱਛਾ, ਮੈਂ ਕਿਹਾ, ਮੈਂ ਤਾਂ ਕਹਿੰਦਾ ਵੀ ਜਿਹੜੇ ਇਹ ਦੋਨੋਂ ਪਾਸੇ ਮੈਂ ਕਿਹਾ ਵੀ ਪਰਪੱਕ ਹੋ ਗਏ, ਮੈਨੂੰ ਬਹੁਤ ਚੰਗਾ ਲੱਗਦਾ। ਬਾਕੀ ਗੀਤਕਾਰੀ ਤੋਂ ਮੇਰੇ ਕਲਾਕਾਰੀ ਵਿੱਚ ਆਉਣ ਦਾ ਬੜੇ
ਕਈ ਹਿਸਾਬ ਕਿਤਾਬ ਸੀਗੇ, ਬਾਕੀ ਗੀਤਕਾਰੀ ਚ ਓਨੇ ਪੈਸੇ ਨੀ ਸੀਗੇ। ਬਾਕੀ ਬੰਦਾ ਗੀਤ ਲਿਖ ਕੇ ਦੇ ਦਿੰਦਾ ਕਲਾਕਾਰ ਨੂੰ, ਹਨਾ, ਕਲਾਕਾਰ ਤਾਂ ਹਜ਼ਾਰਾਂ ਰੁਪਏ ਕਮਾਉਂਦਾ ਹੀ ਕਮਾਉਂਦਾ, ਹਨਾ। ਤੇ ਉਸ ਤੋਂ ਬਾਅਦ ਵੀ ਸਾਡੇ ਹੋਰ ਵੀ ਬਹੁਤ ਅੱਛੇ ਗੀਤਕ ਗੀਤਕਾਰਾਂ ਦੀ ਇਹ ਤਰਾਸਦ ਹੀ ਹੈ ਸਾਡੇ ਪੰਜਾਬ ਚ ਕਰ ਕਰਕੇ ਵੀ ਕਲਾਕਾਰਾਂ ਨੂੰ ਤਾਂ ਆਪਣੇ ਸਟੇਜਾਂ ਤੋਂ ਪੈਸੇ ਬਣ ਜਾਂਦੇ ਆ, ਤੇ ਸਾਡਾ ਗੀਤਕਾਰ ਆ ਨਾ ਜਿਹੜਾ ਬਹੁਤ ਪਿੱਛੇ ਰਹਿ ਜਾਂਦਾ। ਬਿਲਕੁਲ, ਅੱਜ ਕੱਲ੍ਹ ਇੱਕ ਮੁੱਦਾ ਵੀ ਚੱਲ ਰਿਹਾ ਕਿ ਗੀਤਕਾਰ ਬਹੁਤ ਅੱਗੇ ਆ ਰਹੇ ਆ, ਜਿਨ੍ਹਾਂ ਦੇ ਨਾਮ ਬਹੁਤ ਵੱਡੇ ਸੀ ਪਰ ਵਿਚਾਰਿਆਂ ਦੇ ਰੋਟੀ ਵੀ ਨਹੀਂ ਕਰ ਪਾਉਂਦੀ। ਇਹ ਬਿਲਕੁਲ ਸੱਚੀ ਗੱਲ ਆ, ਬਿਲਕੁਲ ਸੱਚੀ ਗੱਲ ਆ, ਕਿਉਂਕਿ ਕਲਾਕਾਰ ਨੇ ਜਿਹੜੇ ਕਲਾਕਾਰ ਕੋਈ ਕੋਈ ਕੁਛ ਕਲਾਕਾਰ ਹੈਗੇ ਜਿਹੜੇ ਗੀਤਕਾਰ ਨੂੰ ਪੈਸੇ ਦੇ ਦਿੰਦੇ ਆ, ਬਾਕੀ ਬਹੁਤ ਜ਼ਿਆਦਾ ਕਲਾਕਾਰ 80% ਇਹੋ ਜਿਹਾ ਵੀ ਜਿਹਨਾਂ ਨੂੰ ਪੈਸੇ ਨਹੀਂ ਮਿਲਦੇ, ਉਹਨਾਂ ਨੂੰ ਵਾਹਵਾ ਮਿਲਦੀ ਆ। ਉਹ ਅਗਲਾ ਗੀਤਕਾਰ ਇਹ ਸੋਚਦਾ ਜਿਹੜਾ ਤਾਂ ਗੀਤਕਾਰ ਥੋੜ੍ਹਾ ਬਹੁਤਾ ਗਾਉਣ ਜਾਣਦਾ, ਉਹ ਤਾਂ ਕਹਿੰਦਾ ਵੀ ਮੈਂ ਚੱਕ ਲਿਆ ਅੱਜ ਤੋਂ ਕੱਲੀ ਵਾਹਵਾ ਨਾਲ ਰੋਟੀ ਨਹੀਂ ਪੱਕਦੀ। ਤੁਸੀਂ ਕਿਹੜੇ ਸਾਲ ਲਿਖਣਾ ਸ਼ੁਰੂ ਕੀਤਾ ਸੀ? ਮੈਂ 10ਵੀਂ ਸੀਗਾ, ਸਾਡੇ ਬਹੁਤ ਸਤਿਕਾਰਯੋਗ ਸੁਰਿੰਦਰ ਛਿੰਦਾ ਜੀ ਸ਼੍ਰੋਮਣੀ ਗਾਇਕ ਨੇ, ਉਹਨਾਂ ਨੇ ਮੇਰੇ ਗੀਤ ਗਾਏ ਉਦੋਂ। ਨੀਤੂ ਮਾਲਵੇ ਦੀ ਜੱਟੀ ਖਵਾਉਂਦੀ ਉੱਤੇ ਲੈ ਲੈ ਖੱਟਾ ਡੋਰੀਆ, ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚ ਮੀਰੀ ਦੇ, ਬਹੁਤ ਅੱਛੇ ਅੱਛੇ ਗੀਤ ਗਾਏ ਉਹਨਾਂ ਨੇ ਮੇਰੇ ਗਾਏ। ਤੁਹਾਡੇ ਗਾਣੇ ਇਹਨਾਂ ਕਲਾਕਾਰਾਂ ਨੇ ਗਾਏ, ਥੋੜੇ ਜਿਹੇ ਚਮਕੀਲਾ ਸਾਹਿਬ ਨੇ ਵੀ ਗਾਏ ਜੀ, ਪੰਜਾਬੀ ਚੋਂ ਤੱਤਾ ਵੀ ਗਾਉਂਦੇ ਰਹੇ ਥੋੜਾ ਜਿਹਾ। ਹਾਂ, ਤੱਤਾ ਵੀ ਗਾਉਂਦੇ ਰਹੇ, ਪਰ ਗੱਲ ਇਹ ਆ ਜੇ ਉਹਨਾਂ ਨੇ ਇਹੋ ਜਿਹੇ ਗੀਤ ਗਾਤੇ ਜਗਮੀਤ, ਉਹਨਾਂ ਨੇ ਬਹੁਤ ਅੱਛੇ ਅੱਛੇ ਗੀਤ ਵੀ ਧਾਰਮਿਕ ਗਾਏ ਉਹਨਾਂ ਦੇ ਬਾਰੇ। ਹਾਂਜੀ, ਮੇਰਾ ਸਵਾਲ ਪੁੱਛਣ ਦਾ ਇਹ ਸੀ ਵੀ ਉਹ ਥੋੜੇ ਜਿਹੇ ਤੱਤੇ ਗਾਣੇ ਗਾਉਂਦੇ ਸੀ, ਫਿਰ ਉਹਨਾਂ ਨਾਲ ਮੈਚ ਕਿਵੇਂ ਤੁਹਾਡਾ ਬੈਠਿਆ? ਕਿਉਂਕਿ ਤੁਹਾਡੇ ਗਾਣੇ ਅਸੀਂ ਤੁਹਾਡੇ ਕੋਲੋਂ ਕਦੇ ਉਹਦਾਂ ਦੇ ਗਾਣੇ ਨਹੀਂ ਸੁਣੇ। ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਮੇਰੇ ਗੀਤ ਗਾਏ ਨਾ ਇੱਕ ਲੋਕ ਬੋਲੀ ਦੇ ਆਧਾਰਿਤ ਸੀਗੇ, ਵੀ ਦਿਓਰਾ ਵੀ ਤੀਵਿਤਾ ਵਾਲੇ ਤੇਰੀ ਆਈ ਨਾ ਵਿਆਹ ਦੀ ਅਜੇ ਵਾਰੀ, ਭਾਬੀਏ ਭਰਿੰਡਰ ਅੱਗੇ ਪੁੰਨ ਖੱਟ ਲੈ ਬਣਾ ਦੇ ਜੋੜੀ, ਯਾਨੀ ਇਹ ਦਿਓਰ ਆਪਣੀ ਭਾਬੀ ਨੂੰ ਸਾਕ ਕਰਾਉਣ ਲਈ ਕਹਿੰਦਾ, ਉਹ ਤੋਂ ਵੱਧ ਕੁਛ ਨਹੀਂ ਸੀ ਇਹਦੇ ਵਿੱਚ। ਤੇ ਗੱਲ ਇਹ ਆ ਵੀ ਚਮਕੀਲਾ ਸਾਹਿਬ ਨੇ ਬਹੁਤ ਸਾਥੋ ਬਾ ਖੋਲਿਆ, ਤੇਰਾ ਨਨਕਾਣਾ ਬਹੁਤ ਅੱਛੇ ਅੱਛੇ ਗੀਤ ਗਾਏ ਆ। ਅੱਜ ਤਾਂ ਹੋਰ ਵੀ ਕਲਾਕਾਰ ਜਿਹੜੀ ਨਵੀਂ ਪਨੀਰੀ ਆ, ਇਹਨਾਂ ਦੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਮਾੜੇ ਆ, ਇਹਨਾਂ 'ਚ ਕਾਫੀ ਕਲਾਕਾਰ ਅੱਛੇ ਵੀ ਹਨ, ਉਹਨਾਂ ਨੇ ਅੱਛਾ ਵੀ ਗਾਇਆ, ਅੱਛਾ ਲਿਖਿਆ ਵੀ ਉਹਨਾਂ ਨੇ, ਬਹੁਤ ਅੱਛੇ ਲੱਗਦੇ। ਬਾਕੀ ਦੁਨੀਆ ਤੇ ਵੀ ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਕਈ ਰੰਗ ਨੇ ਇੱਥੇ ਦੁਨੀਆ ਦੇ, ਬਾਕੀ ਪੰਜੇ ਗੁਣ ਇੱਕੋ ਜਿਹੀਆਂ ਨਹੀਂ ਹੁੰਦੀਆਂ। ਚਲੋ ਆਪਾਂ ਉਹੀ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਲਿਖਣਾ ਸ਼ੁਰੂ ਕਰਤਾ ਸੀ, ਹਾਂਜੀ ਹਾਂਜੀ, ਫਿਰ ਤੁਹਾਡਾ ਮਨ, ਤੁਸੀਂ ਦੱਸਿਆ ਕਿ ਚਲੋ ਪੈਸੇ ਨਹੀਂ ਉਨੇ ਬਣਦੇ ਸੀ ਇਸ ਲਾਈਨ ਦੇ ਵਿੱਚ, ਇਹ ਗੱਲ ਬਿਲਕੁਲ ਸੱਚੀ ਵੀ, ਅੱਜ ਕੱਲ ਬਹੁਤ ਲੋਕ ਅੱਗੇ ਆ ਰਹੇ, ਪਹਿਲਾਂ ਕੋਈ ਦੱਸਦਾ ਨਹੀਂ ਸੀਗਾ, ਫਿਰ ਤੁਹਾਡਾ ਕਿਵੇਂ ਸਵਾਬ ਬਣਿਆ? ਮੇਰਾ ਵੈਸੇ ਸਰ ਜਾਂਦਾ ਸੀ, ਮੈਂ ਪਬਲਿਕ ਰਿਲੇਸ਼ਨ ਮਹਿਕਮੇ ਵਿੱਚ ਨਾ ਲੋਕ ਸੰਪਰਕ ਵਿਭਾਗ 'ਚ ਮੈਂ ਸਰਵਿਸ ਕਰਦਾ ਸੀ, ਮੇਰੀ ਬਹੁਤ ਅੱਛੀ ਪੋਸਟ ਸੀ ਐਜ਼ ਏ ਕਲਾਕਾਰ। ਅੱਛਾ ਜੀ, ਤੇ ਮੈਨੂੰ ਉੱਥੋਂ ਪੈਸੇ ਮਿਲ ਜਾਂਦੇ ਸੀ ਕਾਫੀ, ਬਾਕੀ ਮੈਨੂੰ ਉਸ ਮਹਿਕਮੇ ਦਾ ਬੜਾ ਫਾਇਦਾ ਮਿਲਿਆ, ਸਾਡੇ ਜਿੰਨੇ DPRO ਸੀਗੇ, ਸਾਡੇ ਮੇਰੇ ਨਾਂ ਦੇ ਕਲਾਕਾਰ ਜਾਂ ਕਲੈਰੀ ਕਲਮਰਾ ਮੈਨੂੰ ਬਹੁਤ ਪਿਆਰ ਕਰਦੇ ਸੀ, ਮੈਂ ਵੀ ਉਹਨਾਂ ਦਾ ਸਤਿਕਾਰ ਕਰਦਾ ਸੀ, ਮੈਨੂੰ ਉੱਥੋਂ ਬਹੁਤ ਹੁੰਗਾਰਾ ਮਿਲਿਆ, ਉਹਨਾਂ ਦਾ ਬੜਾ ਆਸਰਾ ਮਿਲਿਆ। ਬਾਕੀ ਮੈਂ ਮਹਿਕਮੇ ਦੇ ਜਿਹੜੇ ਸਾਡੇ ਤੋਂ ਸੀਨੀਅਰ ਕਲਾਕਾਰ ਸੀ, ਮੈਂ ਉਹਨਾਂ ਨੂੰ ਗੀਤ ਸੁਣਾ ਕੇ ਵੇਖ ਲੈਂਦਾ ਸੀ। ਮੇਰਾ ਸਭ ਤੋਂ ਗੀਤ ਪਹਿਲਾਂ ਸੀਗਾ ਚਮਕੌਰ ਚੱਕ ਵਾਲੇ ਦਾ ਲਿਖਿਆ ਸੀ, ਮਾਮਾ ਤੇ ਧੀਆਂ ਵਰਗਾ ਇਸ਼ਤਾ ਕੋਈ ਹੋਰ ਨਹੀਂ, ਜਿਵੇਂ ਤੁਸੀਂ ਆਪ ਲਿਖਦੇ ਸੀ, ਤੁਸੀਂ ਫਿਰ ਗਾਇਆ ਕਿਸੇ ਹੋਰ ਦਾ ਗਾਣਾ? ਨਹੀਂ, ਹਾਂ ਮੈਂ ਗਾਇਆ, ਮੈਨੂੰ ਜਿਹੜੇ ਸਰ ਆਪਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਉਹ ਜਾਣਨਾ ਚਾਹਾਂਗੇ ਤੁਹਾਡਾ ਵੀ ਸਿੰਗਿੰਗ ਜਾਣ ਦਾ ਸਬੱਬ ਕਿਵੇਂ ਬਣਿਆ? ਸਿੰਗਿੰਗ ਜਾਣ ਦਾ ਸਬੱਬ ਤੁਹਾਨੂੰ ਦੱਸਦਾ ਵੀ ਕੁਲਦੀਪ ਮਾਨ ਸਾਹਿਬ ਦਾ ਕਿਰਕਾਰ ਸੀ ਅਡੋਲ ਖਾਲਸਾ। ਅੱਛਾ ਜੀ, ਇਹ ਸਾਡੇ ਸੰਗੀਤ ਦੇ ਜਰਨੈਲ ਚਰਨਜੀਤ ਹੂਜਾ ਸਾਹਿਬ, ਅੱਛਾ, ਉਹ ਰਿਕਾਰਡ ਕਰ ਰਹੇ ਸੀ, ਮੈਂ ਉਹਨਾਂ ਨੂੰ ਥੋੜ੍ਹਾ ਬਹੁਤਾ ਦੱਸਦਾ ਸੀ ਵੀ ਮਾਨ ਸਾਹਿਬ ਨੇ ਪੁੱਛਣਾ ਵੀ ਆਹ ਤਰਜ ਇਸ ਤਰ੍ਹਾਂ ਜਿਵੇਂ ਗੀਤਕਾਰ ਦੱਸ ਦਿੰਦਾ, ਮੈਂ ਦੱਸਦਾ। ਫਿਰ ਮੈਨੂੰ ਹੂਜਾ ਸਾਹਿਬ ਦਾ ਆਸ਼ੀਰਵਾਦ ਮਿਲ ਗਿਆ ਉਦੋਂ, ਉਹ ਕਹਿੰਦੇ ਵੀ ਪਾਲੀ ਦੇ ਤੋਂ ਤੇਰੀ ਵੀ ਰਿਕਾਰਡਿੰਗ ਕਰਨੀ ਆ। ਸਰੋਤੇ ਉਹਨਾਂ ਨੂੰ ਇਹ ਵੀ ਇੱਕ ਵਾਰ ਤੁਹਾਨੂੰ ਰੋਕ ਕੇ ਦੱਸਣਾ, ਚਰਨਜੀਤ ਹੂਜਾ ਸਾਹਿਬ ਅੱਗੇ ਗਾਉਣਾ ਬਹੁਤ ਵੱਡੀ ਗੱਲ ਆ, ਕਿਸੇ ਦੇ ਮੋਢੇ ਦੇ ਹੱਥ ਨਹੀਂ ਛੇਤੀ ਰੱਖਦੇ ਗਏ, ਵਧੀਆ ਗਾਉਣਾ, ਤੇ ਉਹਨਾਂ ਨੇ ਉਸਤਾਦ ਬੰਦੇ ਨੂੰ ਕਹਿੰਦੇ ਵੀ ਵਾਕਈ ਗੱਲ। ਹਾਂ, ਉਹਨਾਂ ਨੇ ਮੇਰੇ ਕੈਲਪੀ ਵੀ ਕੀਤਾ, ਮੇਰੀ ਪੂਰੀ ਕਾਸਟ ਵੀ ਕੀਤੀ ਹੈ, ਤੇਰੇ ਬੰਨਾ ਰੱਖੜੀ ਮੈਨੂੰ ਮਨ ਮਨ ਚਾ, ਕੱਲ ਮੈਂ ਕਿਹਾ ਵੀ 3-4 ਚੈਨਲਾਂ ਤੇ ਵਜਿਆ ਗੀਤ, ਠੀਕ ਹੈ। ਹਾਂ, ਮੈਂ ਤੁਹਾਨੂੰ ਥੋੜਾ ਇੱਕ ਗੀਤ ਸੁਣਾ ਦਿੰਦਾ ਵੀ ਤੇਰੇ ਬੰਨਾ ਰੱਖੜੀ ਮੈਨੂੰ ਮਨ ਮਨ ਚਾ, ਸੁਣਾਓ ਜਰੂਰ ਜੀ। ਸੋ ਦੋਸਤੋ, ਸਾਰਿਆਂ ਨੇ ਗਾਣੇ ਸੁਣਨੇ, ਕਿਉਂਕਿ ਇਹੋ ਜਿਹੇ ਵੱਡੇ ਸਿੰਗਰ ਆ ਜਿਹੜੇ ਅਸੀਂ ਇਹਨਾਂ ਨੂੰ ਉਸਤਾਦ ਲੋਕ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਦੀ ਗਾਇਕੀ ਸੁਣਨ ਦਾ ਮੌਕਾ ਕਦੇ ਕਦੇ ਮਿਲਦਾ। ਸੋ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੇ ਗਾਣੇ। ਵੇ ਅੰਮਾ ਜਾਇਆ ਸੋਹਣਿਆ ਵੀਰਾ, ਅੰਮਾ ਜਾਇਆ ਸੋਹਣਿਆ ਵੀਰਾ, ਸੋਹਣਿਆ ਵੇ ਮਨ ਮੋਹਣਿਆ ਵੀਰਾ, ਮੈਨੂੰ ਮਣ ਮਣ ਚਾਵੇ ਤੇਰੇ ਬੰਨਾ ਰੱਖੜੀ, ਹਾਏ ਵੀਰਾ ਸ਼ਗਨ ਮਨਾਵੇ ਤੇਰੇ ਬੰਨਾ ਰੱਖੜੀ। ਕੱਲ ਰੱਖੜੀ ਦਾ ਤਿਉਹਾਰ ਗਿਆ, ਮੈਨੂੰ ਕੈਨੇਡਾ ਤੋਂ ਵੀ ਅਮਰੀਕਾ ਤੋਂ ਫੋਨ ਆਉਂਦੇ ਰਹੇ ਆ, ਉੱਥੇ ਸਾਡੇ ਹਰਜਿੰਦਰ ਥੈਂਦ ਹੋਣੀ ਭਾਈ ਜੀ, ਹੋਰ ਵੀ ਰੇਡੀਓ ਵਾਲੇ ਸੱਜਣ, ਉਹ ਕਹਿੰਦੇ ਮੈਂ ਤੇਰਾ ਗੀਤ ਕੱਲ 9 ਵਾਰੀ ਵਜਾਇਆ ਰੇਡੀਓ ਤੇ, ਮੈਨੂੰ ਜਿਹੜੇ ਗੱਡੀਆਂ ਚਲਾਉਂਦੇ ਮੁੰਡੇ ਆਪਣੇ ਟੈਕਸੀਆਂ, ਉਹਨਾਂ ਦੇ ਕਈਆਂ ਦੇ ਫੋਨ ਆਇਆ ਕਹਿੰਦੇ ਯਾਰ ਤੇਰਾ ਗੀਤ ਬਹੁਤ ਸੋਹਣਾ ਸੀ। ਜਿਵੇਂ ਤੁਸੀਂ ਗਾਣੇ ਹਮੇਸ਼ਾ ਇਸ ਤਰ੍ਹਾਂ ਦੇ ਗਾਏ ਆ ਵੀ ਜਿਵੇਂ ਪਰਿਵਾਰ 'ਚ ਬੈਠ ਕੇ ਸੁਣਨ ਵਾਲੇ ਆ, ਪਰ ਅੱਜ ਕੱਲ੍ਹ ਜਿਵੇਂ ਅਸੀਂ ਸਿੰਗਰਾਂ ਨੂੰ ਮਿਲਦੇ ਰਹਿੰਦੇ ਤਾਂ ਜਾਣ ਦਾ ਮੌਕਾ ਮਿਲਦਾ, ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਗਾਣੇ ਨਾਲ ਰੋਟੀ ਨਹੀਂ ਮਿਲਦੀ। ਗੱਲ ਇਹ ਵੀ ਇਸ ਬਾਰੇ ਕੀ ਕਹੋਗੇ ਵੀ ਵਾਕਈ ਨਹੀਂ ਰੋਟੀ
ਯਮਲ ਜੱਟ ਨੇ ਵੀ ਰੋਟੀ ਖਾਧੀ ਆ। ਇੱਕ ਦਿਨ ਉਹਨੇ ਸਾਡੇ ਬਹੁਤ ਸਤਿਕਾਰਯੋਗ ਹੰਸ ਰਾਏ ਹੰਸ ਜੀ ਹੁਣ ਐਮ ਪੀ ਬਣ ਗਏ ਨੇ, ਉਹਨਾਂ ਦੀ ਜੀ ਟੀ ਵੀ ਦੇ ਇੰਟਰਵਿਊ ਆਇਆ ਸੀ, ਉਹ ਮੇਰੇ ਬਾਰੇ ਬੋਲਦੇ ਸੀ ਕਹਿੰਦੇ ਯਾਰ ਪਾਲੀ ਰੇਤ ਵਾਲੀ ਵੀ ਤਾਂ ਰੋਟੀ ਖਾਈ ਜਾਂਦਾ ਐਡੇ ਕਲਾਕਾਰ ਦੇ ਬੋਲਣਾ। ਇੱਕ ਦਿਨ ਦੇਵ ਤਰੀਕੇ ਵਾਲੇ ਭਾਈ ਦੀ ਇੰਟਰਵਿਊ ਲਿਖੀ ਹੋਈ ਆਈ ਸੀ ਇੱਕ ਰਸਾਲੇ 'ਚ, ਉਹਨਾਂ ਨੇ ਵੀ ਮੇਰੇ ਬਾਰੇ ਬੜਾ ਅੱਛਾ ਲਿਖਵਾਇਆ ਇੰਟਰਵਿਊ 'ਚ ਵੀ ਕਹਿੰਦੇ ਪਾਲੀ ਰੇਤ ਵਾਲੀ ਵੀ ਰੋਟੀ ਖਾਈ ਜਾਂਦਾ ਯਾਰ। ਧੀਆਂ ਭੈਣਾਂ ਗੀਤ ਕੋਈ ਮਾੜੇ ਨਹੀਂ ਹੁੰਦੇ, ਇਹ ਵੀ ਕੈਟਾਗਰੀ ਬਹੁਤ ਸਿਆਣੀ ਵੀ ਆ, ਜੇ ਆਪਾਂ ਨੈਗੇਟਿਵ ਨਹੀਂ ਪੋਜ਼ਿਟਿਵ ਹੋ ਕੇ ਚੱਲੀਏ, ਜਿਹੜੇ ਚੰਗੇ ਗੀਤਾਂ ਨੂੰ ਹੁੰਗਾਰਾ ਦੀਏ ਬਿਲਕੁਲ ਬਿਲਕੁਲ। ਸਿਆਣੇ ਲੋਕ ਤੁਹਾਡੇ ਵਰਗੇ ਸੱਜਣ ਜਿਹੜੇ ਇੰਟਰਵਿਊ ਕਰ, ਤੁਸੀਂ ਇਸੇ ਕਰਕੇ ਇੰਟਰਵਿਊ ਕਰਨ ਆਏ ਹੋ ਵੀ ਪਹਿਲਾ ਗੀਤ ਆਇਆ ਸੀ ਚਮਕੌਰ ਚੱਕ ਵਾਲੇ ਦਾ ਲਿਖਿਆ, ਮੈਂ ਤੁਹਾਨੂੰ ਥੋੜਾ ਸੁਣਾ ਦੇਣਾ। ਦੁਨੀਆਂ ਦੇ ਉੱਤੇ ਰਿਸ਼ਤੇ ਨਾਤਿਆਂ ਦੀ ਥੋੜ ਨੀ, ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨੀ, ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨੀ। ਇਹ ਨਾ ਮੇਰਾ ਪਹਿਲਾ ਗੀਤ ਸੁਪਰ ਹਿੱਟ ਗਾਣਾ ਹੋਇਆ ਸੀ, ਉਦੋਂ ਬਾਅਦ ਗੀਤ ਆਇਆ ਸੀ ਹੁਣ ਪੇਕਿਆਂ ਤੋਂ ਠੰਡੀ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ। ਥੋੜਾ ਜਿਹਾ ਹੁਣ ਸਾਨੂੰ ਆਪਣੇ ਸੰਘਰਸ਼ ਬਾਰੇ ਦੱਸੋ ਕਿ ਤੁਹਾਡੇ, ਜਿਵੇਂ ਆਪਾਂ ਜਾਣਦੇ ਹਾਂ ਕਿ ਸਿੰਗਿੰਗ ਦੇ ਖੇਤਰ ਵਿੱਚ ਆਉਣ ਲਈ ਪੈਸੇ ਦੀ ਵੀ ਲੋੜ ਹੁੰਦੀ ਹੈ, ਕਾਫੀ ਮਿਹਨਤ ਦੀ ਬਹੁਤ ਲੋੜ ਸੀ। ਮੈਂ ਕਈ ਵਾਰੀ ਮੈਂ ਵੀ ਗੀਤ ਲੈ ਕੇ ਜਾਂਦਾ ਸੀ ਕਲਾਕਾਰਾਂ ਨੂੰ, ਕੋਈ ਕਈ ਕਈ ਗੱਲ ਨਹੀਂ ਸੀ ਸੁਣਦੇ ਬੰਦੇ, ਹਾਂਜੀ ਹਾਂਜੀ, ਕਈ ਵਾਰੀ ਤਾਂ ਦਰਵਾਜ਼ਾ ਨਹੀਂ ਸੀ ਖੋਲਦੇ ਬੰਦੇ ਬਿਲਕੁਲ। ਹੁਣ ਮੈਨੂੰ ਉਹਨਾਂ ਨੇ ਨਾਲ ਕਈ ਵਾਰੀ ਸਟੇਜ ਤੇ ਖੜਨ ਦਾ ਮੌਕਾ ਮਿਲਦਾ, ਪਰ ਮੈਂ ਕਦੇ ਉਹਨਾਂ ਨੂੰ ਕਿਹਾ ਨੀਗਾ ਬਾਈ ਤੁਸੀਂ ਮੇਰਾ ਗੀਤ ਨਹੀਂ ਰਿਕਾਰਡ ਕਰਵਾਇਆ। ਮੇਰੇ ਕਾਫੀ ਗੀਤ, ਕੁਲਦੀਪ ਮਾਨ ਸਾਹਿਬ ਨੇ ਬਹੁਤ ਗੀਤ ਗਾਏ ਮੇਰੇ, ਛਿੰਦਾ ਜੀ ਨੇ, ਬਹੁਤ ਅੱਛੇ ਅੱਛੇ ਕਲਾਕਾਰ ਨੇ ਜਿੰਨੇ ਉਸ ਪੀੜ੍ਹੀ ਦੇ ਕਲਾਕਾਰ ਸੀ ਸਾਰਿਆਂ ਨੇ ਗੀਤ ਗਾਏ। ਆਪਣੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ? ਘਰ ਦੇ ਹਾਲਾਤ ਮੇਰੇ ਬਿਲਕੁਲ ਠੀਕ ਸੀ, ਅਸੀਂ ਸਧਾਰਨ ਭੈਣ ਭਾਈ ਸਾਰੇ ਮਿਹਨਤ ਕਰਨ ਵਾਲੇ ਸੀ, ਅਸੀਂ ਪਿੰਡ ਵਿੱਚ ਰਹਿੰਦੇ, ਮੇਰੇ ਪਿੰਡ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਪਿੰਡ ਦੇ ਜਿੰਨੇ ਦੋਸਤ ਮਿੱਤਰ ਸੀ, ਸਾਡੇ ਪੰਚ ਸਰਪੰਚ ਮੈਂਬਰ ਪੰਚਾਇਤ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਮੇਰਾ ਇੱਕ ਗੀਤ ਸੀਗਾ ਵੀ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ, ਥੋੜਾ ਗੀਤ ਸੁਣਾਉਣਾ ਮੈਂ। ਇੱਕਾ ਦਾ ਸ਼ਹਿਰ ਵਿੱਚ ਜੀਣਾ ਪਾਣੀ ਮੁੱਲ ਲੈ ਕੇ ਪੀਣਾ, ਕਾਹਦਾ ਸ਼ਹਿਰ ਵਿੱਚ ਜੀਣਾ ਪਾਣੀ ਮੁੱਲ ਲੈ ਕੇ ਪੀਣਾ, ਉੱਥੇ ਮਿਲੇ ਨਾ ਨਜ਼ਾਰਾ, ਉੱਥੇ ਮਿਲੇ ਨਾ ਨਜ਼ਾਰਾ ਠੰਡੀ ਛਾਂ ਵਰਗਾ, ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ, ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰਗਾ। ਗੱਲ ਹੈ ਮੇਰਾ ਪਿੰਡ ਨਾ ਜਿਹੜਾ ਇੱਥੋਂ ਥੋੜ੍ਹੀ ਦੂਰੀ ਆ, 8-10 ਕਿਲੋਮੀਟਰ ਤੇ ਲੁਧਿਆਣੇ ਤੋਂ, ਜਦੋਂ ਮੇਰੇ ਪਿੰਡ ਮੈਂ ਆਪਣੇ ਨਾਂ ਦੇ ਨਾਲ ਆਪਣਾ ਪਿੰਡ ਦਾ ਨਾਂ ਲਾ ਲਿਆ ਨਾ ਦੇਤਵਾਲ, ਸਮੇਂ ਪਾਲੀ ਦੇਤਵਾਲੀ ਇਕੱਲਾ, ਮੇਰਾ ਪਿੰਡ ਦਾ 400-500 ਘਰ ਨਾਲ ਜੁੜ ਗਿਆ ਤੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਪਿੰਡ ਦੇ ਨਾਮ ਨੂੰ ਬਹੁਤ ਉੱਚਾ ਚੁੱਕਿਆ ਜੀ। ਬਸ ਇਹ ਮਹਾਰਾਜ ਦੀ ਕਿਰਪਾ ਬਾਜੀ, ਮਹਾਰਾਜ ਦੀ ਕਿਰਪਾ, ਇਹ ਮੈਂ ਨਹੀਂ ਕਹਿੰਦਾ ਵੀ ਉੱਚਾ ਚੁੱਕਿਆ, ਮੈਂ ਕਹਿੰਦਾ ਮੈਨੂੰ ਪਿੰਡ ਦੇ ਉੱਚਾ ਚੱਕਦਾ ਨਹੀਂ, ਫੇਰ ਵੀ ਤੁਹਾਡੇ ਨਾਮ ਨਾਲ ਆਪਣਾ ਜੋੜਿਆ ਪਿੰਡ ਦਾ ਨਾਮ, ਬਹੁਤ ਵੱਡੀ ਗੱਲ ਆ। ਸੋ ਤੁਸੀਂ ਜਦੋਂ ਸਿੰਗਿੰਗ ਦੀ ਸ਼ੁਰੂਆਤ ਕੀਤੀ ਜੀ, ਹਾਂਜੀ ਹਾਂਜੀ, ਤੇ ਤੁਹਾਡਾ ਜਿਹੜਾ ਪਹਿਲਾ ਗਾਣਾ ਜੋ ਸੁਪਰ ਹਿੱਟ ਹੋਇਆ, ਹਾਂਜੀ ਹਾਂਜੀ, ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਤੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਡੇ ਇੱਕ ਮਾਹੌਲ ਬਣਿਆ ਵੀ ਹਾਂ ਆਪਣੇ ਪਿੰਡ ਦਾ ਮੁੰਡਾ ਸੀ ਅੱਜ ਕਿੱਥੇ ਪਹੁੰਚ ਗਿਆ? ਗੱਲ ਇਹ ਆ ਵੀ ਪਿੰਡ ਦਾ ਤਾਂ ਬਹੁਤ ਵੱਡਾ ਆਸਰਾ ਹੁੰਦਾ, ਅੱਛਾ ਜੀ, ਤੇ ਬਾਕੀ ਦੋਸਤਾਂ ਮਿੱਤਰਾਂ ਦਾ ਬੜਾ ਆਸਰਾ ਹੁੰਦਾ। ਗੱਲ ਇਹ ਵੀ ਜਦੋਂ ਕਹਿੰਦੇ ਵੀ ਜੇ ਆਪਣੇ ਹੁਨਰਾਂ ਵੱਲ ਵੇਖਾਂ ਕੁਝ ਨਹੀਂ ਮੇਰੇ ਪੱਲੇ, ਜੇ ਤੁਹਾਡੀ ਰਹਿਮਤ ਵੱਲ ਵੇਖਾਂ ਤੇ ਬੱਲੇ ਬੱਲੇ ਬੱਲੇ, ਪਿੰਡ ਦਾ ਆਸਰਾ ਮਿਲ ਜਾਵੇ, ਦੋਸਤਾਂ ਮਿੱਤਰਾਂ ਦਾ, ਬਾਕੀ ਗੁਰੂਆਂ ਪੀਰਾਂ ਦਾ ਆਸਰਾ ਮਿਲ ਜਾਵੇ, ਇਹਦੇ ਨਾਲ ਬੰਦਾ ਤੁਰ ਪੈਂਦਾ। ਠੀਕ ਹੈ ਜੀ ਭਾਜੀ, ਆਪਾਂ ਤੁਹਾਡੀ ਕੁਆਲੀਫਿਕੇਸ਼ਨ ਬਾਰੇ ਗੱਲ ਕਰੀਏ, ਤੁਸੀਂ ਪਿੰਡ ਤੋਂ ਪੜ੍ਹੇ ਹੋ ਜਾਂ ਕਿਸ ਤਰ੍ਹਾਂ ਪੜ੍ਹਾਈ ਦੇ, ਕਿਉਂਕਿ ਉਹ ਲਾਈਫ ਬਹੁਤ ਜ਼ਿਆਦਾ। ਮੈਂ ਤੁਹਾਨੂੰ ਦੱਸਦਾ, ਮੈਂ 8ਵੀਂ ਜਮਾਤ ਤੱਕ ਸਾਡੇ ਪਿੰਡ ਪੜ੍ਹਿਆ, 10ਵੀਂ ਮੈਂ ਕੀਤੀ ਬਦਵਾਲ ਤੋਂ, ਉਦੋਂ ਬਾਅਦ ਫਿਰ ਮੈਂ ਪਬਲਿਕ ਰਿਲੇਸ਼ਨ ਮਹਿਕਮੇ ਚ ਆ ਗਿਆ ਲੋਕ ਸੰਪਰਕ ਵਿਭਾਗ ਚ, ਫਿਰ ਉੱਥੇ ਮੇਰੀ ਐਜ਼ ਏ ਕਲਾਕਾਰ ਦੀ ਪੋਸਟ ਸੀ, ਉੱਥੇ ਮੈਂ ਸਟੇਜ ਮਾਸਟਰ ਵੀ ਰਿਹਾ, ਤੇ ਉਦੋਂ ਬਾਅਦ ਮੈਂ ਫਿਰ ਪਿੱਛੇ ਨਹੀਂ ਮੁੜ ਕੇ ਵੇਖਿਆ, ਮੈਨੂੰ ਉੱਥੋਂ ਬੜਾ ਕੁਛ ਸਿੱਖਣ ਨੂੰ ਮਿਲਿਆ ਵੱਡੀ ਵੱਡੀ। ਮੈਂ ਕਿਹਾ ਵੀ ਮੈਂ 7 ਪ੍ਰਾਈਮ ਮਿਨਿਸਟਰਾਂ ਦੀਆਂ ਪ੍ਰੋਮ ਕੀਤੇ ਆ, ਪ੍ਰਾਈਮ ਮਿਨਿਸਟਰਾਂ ਦੇ ਮਹਿਕਮੇ ਦੇ ਆਸਰੇ ਨਾਲ, ਕਿਉਂਕਿ ਮਹਿਕਮੇ ਦੇ ਸਾਡੀ ਡਿਊਟੀ ਲੱਗਦੀ ਸੀ VIP ਨਾਲ, ਮੰਤਰੀਆਂ ਤੇ ਮੈਂ ਬਹੁਤ ਘੱਟ ਤੋਂ ਘੱਟ 100 ਪ੍ਰੋਮ ਮੰਤਰੀਆਂ ਦਾ ਕੀਤਾ ਹੋਣਾ। ਠੀਕ ਹੈ ਜੀ, ਤੇ ਬਾਕੀ ਉੱਥੇ ਬੜਾ ਕੁਛ ਸਿੱਖਣ ਨੂੰ ਮਿਲਿਆ ਮਹਿਕਮੇ ਚ। ਮਤਲਬ ਤੁਸੀਂ 10ਵੀਂ ਕਲਾਸ ਤੱਕ ਪੜ੍ਹਨ ਤੋਂ ਬਾਅਦ ਫਿਰ ਇਹ ਤੋਂ ਅੱਗੇ ਨਹੀਂ ਪੜ੍ਹੇ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ, ਉਹਦੋਂ ਬਾਅਦ ਮੈਂ ਆਰਟ ਐਂਡ ਕ੍ਰਾਫਟ ਵੀ ਕਰਨ ਲੱਗ ਗਿਆ ਸੀ ਡਰਾਇੰਗ ਵਾਸਤਾ। ਹਾਂਜੀ, ਫਿਰ ਮੈਂ ਮਹਿਕਮੇ 'ਚ ਆ ਗਿਆ, ਹਾਂਜੀ, ਫਿਰ ਮਹਿਕਮੇ 'ਚ ਬੜਾ ਕੁਛ ਮਿਲਿਆ, ਅੱਜ ਤੁਹਾਡੇ ਸਾਹਮਣੇ ਆ, ਤੇ ਬੜਾ ਕੁਛ ਸਿੱਖਣ ਨੂੰ ਵੀ ਮਿਲਿਆ, ਬੜੇ ਅੱਛੇ ਅੱਛੇ ਗੀਤ ਮੈਂ ਦੁਨੀਆਂ ਨੂੰ ਦਿੱਤੇ ਆ। ਮੇਰੀ ਹੁਣ ਉਮੀਦ ਆ ਮੈਨੂੰ ਵੀ ਉਹ
ਮੈਂ ਤੁਹਾਨੂੰ ਥੋੜਾ ਗੀਤ ਸੁਣਾਉਣਾ ਵੀ ਜਿੱਥੇ ਨਣਦਾਂ ਚੰਗੀਆਂ ਹੋਣ ਨਾ ਉੱਥੇ ਭਾਬੀਆਂ ਵੀ ਚੰਗੀਆਂ ਹੁੰਦੀਆਂ ਨਹੀਂ ਤਾਂ ਕਹਿੰਦੇ ਵੀ ਨਣਦ ਭਰਜਾਈ ਦਾ ਰਿਸ਼ਤਾ ਨਾ ਕੌੜਾ ਵੀ ਹੁੰਦਾ ਥੋੜਾ ਜਿਹਾ ਬਿਲਕੁਲ ਇਹਦਾ ਨੋਕ ਝੋਕ ਚੱਲਦੀ ਰਹੀ ਹਾਂ ਜਿੱਥੇ ਨਣਦ ਚੰਗੀ ਹੋਊ ਤਾਂ ਉੱਥੇ ਭਾਬੀ ਵੀ ਚੰਗੀ ਹੋਊਗੀ ਜਿੱਥੇ ਭਾਬੀ ਚੰਗੀ ਹੋਊ ਐ ਨਣਦ ਕਿਤੇ ਹੋਏ ਤੇ ਨਣਦ ਦਾ ਵਿਆਹ ਹੋਵੇ ਤੇ ਭਾਬੀ ਕਾ ਵੀ ਚੰਗਾ ਫਾਹ ਵੱਢ ਗਿਆ ਇਸ ਤਰ੍ਹਾਂ ਨੀ ਤੁਸੀਂ ਸੁਣਨਾ ਵੀ ਗੀਤ ਹੋ ਜਿੱਥੇ ਨਣਦਾਂ ਹੋਵਣ ਚੰਗੀਆਂ ਹੋ ਜਿੱਥੇ ਨਣਦਾਂ ਹੋਵਣ ਚੰਗੀਆਂ ਚੰਗੀਆਂ ਹੋਣ ਭਾਬੀਆਂ ਵੀ ਹੋ ਜਦ ਤੁਰੇ ਨਣਦ ਦੀ ਡੋਲੀ ਹਾਏ ਬੁੱਕ ਬੁੱਕ ਰੋਣ ਭਾਬੀਆਂ ਵੀ ਜਦ ਤੁਰੇ ਨਣਦ ਦੀ ਡੋਲੀ ਹਾਏ ਬੁੱਕ ਬੁੱਕ ਰੋਣ ਭਾਬੀਆਂ ਵੀ ਯਾਨੀ ਨਣਦ ਇੰਨੀ ਚੰਗੀ ਹੋਵੇ ਨਾ ਭਾਬੀਆਂ ਵੀ ਰੋਣ ਵੀ ਸਾਡੀ ਭੈਣਾਂ ਵਰਗੀ ਸੀ ਬਿਲਕੁਲ ਇੰਨਾ ਸੋਹਣਾ ਤੁਸੀਂ ਗਾਉਣੇ ਹੋ ਕਮਾਲ ਕਰ ਦਿੰਦੇ ਹੋ ਜੀ ਐਨ ਮਤਲਬ ਦਿਲ ਦੇ ਵਿੱਚ ਵੱਜਦੀ ਆਵਾਜ਼ ਇੰਨੀ ਸੋਹਣੀ ਹੈ ਪਰਿਵਾਰਕ ਗੀਤ ਆ ਬਾਕੀ ਸੋ ਇਹ ਗਾਣੇ ਦਿਲ ਨੂੰ ਸਕੂਨ ਦਿੰਦੇ ਆ ਜਿਹੜੇ ਉਹ ਮੇਰੇ ਛੋਟੇ ਵੀਰ ਨੇ ਪਾਇਆ ਨੇ ਵੀ ਭਾਰਤ ਮਾਂ ਦੀਆਂ ਬਾਹਾਂ ਫੌਜੀ ਜਾਨ ਨੇ ਇੰਡੀਆ ਦੀ ਵੀ ਮਾਮਾ ਰੰਗ ਲਏ ਬਸੰਤੀ ਚੋਲੇ ਪੁੱਤਾਂ ਨੂੰ ਦੇਸ਼ ਤੋਂ ਮਾਰ ਲਈ ਲਿਖਦੀਆਂ ਭੈਣਾਂ ਚਿੱਠੀਆਂ ਦੇਸ਼ ਦਾ ਕਰਜ਼ ਉਤਾਰਨ ਲਈ ਫੌਜੀ ਮਾਵਾਂ ਦੇ ਪੁੱਤ ਜਾਏ ਛਿਣੀਆਂ ਮਾਵਾਂ ਦੁੱਧ ਚੰਗਾਏ ਅਣਖ ਤੇ ਆਣ ਨੇ ਇੰਡੀਆ ਦੀ ਤੇ ਭਾਰਤ ਮਾਂ ਦੀਆਂ ਬਾਹਾਂ ਫੌਜੀ ਜਾਨ ਨੇ ਇੰਡੀਆ ਦੀ ਕਹਿ ਸਕਦੇ ਆ ਕਿ ਅਮਰ ਗਾਣੇ ਆ ਜਿਹੜੇ ਤੁਹਾਡੇ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ 2 ਮਹੀਨੇ ਚੱਲ ਕੇ ਬੰਦ ਹੋਣ ਵਾਲੇ ਆ ਹਾਂ ਬਾਕੀ ਹੋਰ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਵੀ ਦੱਸੋ ਜੀ ਪਰਿਵਾਰ ਬਾਰੇ ਮੇਰਾ ਬੇਟਾ ਮਨਜੋਤ ਬਾਜੀ ਠੀਕ ਹੈ ਜੀ ਉਹਦੀ ਵੀ ਅੱਛੀ ਨੌਕਰੀ ਹੈ ਤੇ ਮੇਰੀ ਬੇਟੀ ਟੀਚਰ ਲੱਗੀ ਹੈ ਲਿਖਣਾ ਵੀ ਤੇ ਗਾਉਣਾ ਗੋਡ ਗਿਫਟ ਪਰਮਾਤਮਾ ਦੀ ਕਿਰਪਾ ਹੋਵੇ ਉਹ ਗਾ ਤੇ ਲਿਖ ਸਕਦਾ ਹਾਂ ਜੇ ਤੁਸੀਂ ਕਹੋ ਹੁਣ ਤੁਸੀਂ ਗਾਉਣ ਲੱਗ ਜਾਓ ਨਹੀਂ ਤੁਹਾਨੂੰ ਲੱਖ ਉਸਤਾਦ ਲਿਆ ਦੋ ਉਹ ਚ ਤੁਹਾਡੀ ਗਾਇਕੀ ਚ ਕੁਰੈਕਸ਼ਨ ਕਰ ਸਕਦੇ ਆ ਉਹ ਚ ਵਾਧਾ ਕਰ ਸਕਦੇ ਆ ਹਰੇਕ ਬੰਦਾ ਨੀ ਗਾ ਸਕਦਾ ਉਹ ਬੰਦੇ ਪੜੇ ਮੇਰੀ ਬੇਟੀ ਵੀ ਅੱਜ ਕੱਲ੍ਹ ਤਾਂ ਬਣੇ ਆ ਜੀ 12 ਲੱਖ ਲਿਆ ਅਗਲਾ ਕਹਿੰਦੇ ਬਣਾ ਦਿੰਦੇ ਤੈਨੂੰ ਸਿੰਗਰ ਉਹ ਮਸ਼ੀਨਾਂ ਥੋੜਾ ਬਹੁਤ ਬਣਾ ਦਿੰਦੀਆਂ ਗਾਣਾ ਕੱਟ ਕੱਟ ਕੇ ਲੱਗ ਜਾਂਦਾ ਪਰ ਸਟੇਜ ਤੇ ਨਹੀਂ ਕੁਝ ਕਰ ਸਕਦੇ ਪਰ ਤੁਹਾਡੇ ਵੇਲੇ ਨਹੀਂ ਮੈਨੂੰ ਲੱਗਦਾ ਵੀ ਅੱਜ ਦੇ ਜ਼ਮਾਨੇ 'ਚ 12 ਲੱਖ ਲਿਆਵੇ ਸਟਾਰ ਬਣਾ ਕੇ 3-4 ਮਿਲੀਅਨ ਰਾਤੋਂ ਰਾਤ ਹੀ ਕਰਾਉਂਦੇ ਗਾਣਿਆਂ ਨੂੰ ਦੱਸੋ ਵੀ ਕਿੰਨੇ ਕੁ ਵਿਊ ਹੁੰਦੇ ਰਹੇ ਪਰ ਵਿਊ ਮੇਰੇ ਘੱਟ ਹੀ ਹੁੰਦੇ ਪਰ ਮੇਰੇ ਨਾ ਮੈਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਕਿੰਨਾ ਕੁ ਲੋਕੀ ਚਾਹੁੰਦੇ ਆ ਸਾਡੇ ਨਾ ਅਸੀਂ ਸਾਨੂੰ ਹੁੰਦੇ ਆ ਪ੍ਰੋਮ ਸਾਨੂੰ ਪ੍ਰੋਮ ਮਿਲੀ ਜਾਂਦੇ ਮੇਰੇ ਨਾ ਪ੍ਰੋਮ ਵਿਊਜ਼ ਤਾਂ ਤੁਹਾਨੂੰ ਜਿਹੜੇ ਲੋਕ ਪਿਆਰ ਕਰਦੇ ਆ ਨਾ ਹੁਣ ਤੁਸੀਂ ਅਸਲੀ ਵਿਊ ਉਹ ਨੇ ਐਂ ਕਹਿੰਦਾ ਵੀ ਬੰਦਾ ਮਿਲੀਏ ਜਾ ਕੇ ਭੱਜ ਕੇ ਮੈਂ ਕਹਿੰਦਾ ਉਹੀ ਵਿਊ ਆ ਇਹਦਾ ਵਿਊ ਕਲਿੱਕਾਂ ਦਾ ਜਿੰਨੀਆਂ ਮਰਜ਼ੀ ਬੱਬੂ ਮਾਨ ਜੀ ਵੀ ਕਹਿੰਦੇ ਹੁੰਦੇ ਕਲਿੱਕਾਂ ਜਿੰਨੀਆਂ ਮਰਜ਼ੀ ਮਰਾ ਲਓ ਹਨਾ ਜੀ ਸੋ ਤੁਸੀਂ ਗੱਲ ਕੀਤੀ ਤੁਹਾਡੇ ਬੇਟਾ ਥੋੜਾ ਬਹੁਤ ਤਾਂ ਗਾ ਲੈਂਦੇ ਕਿ ਬਿਲਕੁਲ ਹੀ ਨਹੀਂ ਉਹ ਸੁਣਨ ਦਾ ਬਹੁਤ ਸ਼ੌਕੀਨ ਹੈ ਅੱਛੇ ਅੱਛੇ ਕਲਾਕਾਰਾਂ ਨੂੰ ਸੁਣਦਾ ਤੁਹਾਡੇ ਬੇਟੇ ਨਾਲ ਵੀ ਜ਼ਰੂਰ ਮਿਲਾਂਗੇ ਬਿਲਕੁਲ ਬਿਲਕੁਲ ਬਿਲ ਮਿਲਾਂਗਾ ਜ਼ਰੂਰ ਇੱਕ ਮੇਰਾ ਗੀਤ ਆਉਣ ਵਾਲਾ ਅੱਛਾ ਜੀ ਵੀ ਜਿਹੜਾ ਲੜਕੀ ਹੁੰਦੀ ਹੈ ਸਾਡੀ ਮਾਂ ਹੋਵੇ ਸਾਡੀ ਭੈਣ ਸਾਡੀ ਬੇਟੀ ਸਾਡੀ ਨੂੰਹ ਹੋਵੇ ਕੋਈ ਹੋਵੇ ਅੱਛਾ ਜੀ ਉਹਨੂੰ ਆਪਦਾ ਪੇਕਾ ਘਰ ਬਹੁਤ ਚੰਗਾ ਲੱਗਦਾ ਹਾਂਜੀ ਪੇਕਿਆਂ ਦਾ ਪਿੰਡ ਉਹਨੂੰ ਬਹੁਤ ਸਵਰਗ ਲੱਖ ਕੈਨੇਡਾ ਅੰਗ ਅਮਰੀਕਾ ਉਹਦੇ ਤੋਂ ਦੀ ਵਾਰ ਕੇ ਸੜ ਦੇਵੇ ਥੋੜੀ ਮਦੋਲਾ ਨਾ ਸੁਣਾਉਂਦਾ ਹਾਏ ਮੇਰੇ ਪੇਕਿਆਂ ਦੇ ਪਿੰਡੋਂ ਆਉਣ ਠੰਡੀਆਂ ਹਵਾਵਾਂ ਉਹ ਸਿਆਲ ਵਾਲੀਆਂ ਨੀ ਸ਼ੁਭ ਸ਼ਾਮਾਂ ਜਿਵੇਂ ਕਹਿੰਦੇ ਮੈਂ ਨਗਰ ਖੇੜਾ ਵਸਦਾ ਹਾਏ ਮੇਰੇ ਪੇਕਿਆਂ ਦੇ ਪਿੰਡੋਂ ਆਉਣ ਠੰਡੀਆਂ ਹਵਾਵਾਂ ਚਾ ਚੱਕਿਆ ਨਾ ਜਾਵੇ ਜਦੋਂ ਵੀਰਾਂ ਕੋਲ ਜਾਵਾਂ ਉਹ ਕਹਿੰਦੀ ਬਾਪੂ ਹੋਰਾਂ ਦੇ ਵੀ ਚੰਗੇ ਵੇ ਪਰ ਮੇਰੇ ਬਾਪੂ ਯਾਨੀ ਹਾਂ ਬਾਪੂ ਹੋਰਾਂ ਦੇ ਵੀ ਚੰਗੇ ਨਹੀਂ ਮੇਰੇ ਬਾਪੂ ਜਿਹਾ ਹੋਣਾ ਮੇਰੇ ਪੇਕਿਆਂ ਦਾ ਪਿੰਡ ਹਾਂ ਸਾਰੀ ਦੁਨੀਆ ਤੋਂ ਸੋਹਣਾ ਮੇਰੇ ਪੇਕਿਆਂ ਦਾ ਪਿੰਡ ਹਾਂ ਸਾਰੀ ਦੁਨੀਆ ਤੋਂ ਸੋਹਣਾ ਗਾਣਾ ਇਹੋ ਜਿਹਾ ਵੀ ਕੋਈ ਵੀ ਜਿਹੜੀ ਧੀ ਕੋਈ ਵੀ ਭੈਣ ਸੁਣਦੀ ਅੱਖ ਭਰ ਆਉਂਦੀ ਇੱਕ ਵਾਰੀ ਮਤਲਬ ਦਿਲ ਭਰ ਜਾਂਦਾ ਗੱਲ ਭਾਜੀ ਜਿਹੜੇ ਅਕਲ ਵਾਲੇ ਮੁੰਡੇ ਵੀ ਹਜੇ ਗੀਤ ਸੁਣਦੇ ਮੈਨੂੰ ਸਟੇਜਾਂ ਤੇ ਬਹੁਤ ਅੱਛੇ ਅੱਛੇ ਨੌਜਵਾਨ ਦੋਸਤ ਵੀ ਮਿਲਦੇ ਆ ਉਹ ਕਹਿੰਦੇ ਪਾਲੀ ਦੇ ਤਾ ਆਉਣ ਪੇਕੇ ਤੋਂ ਠੰਡੀ ਹਵਾਵਾਂ ਇੱਕ ਮੇਰਾ ਗੀਤ ਸੀ ਜਿਵੇਂ ਨਸ਼ੇ ਪੱਤੇ ਦੀ ਗੱਲ ਚੱਲਦੀ ਹੈ ਧੀ ਹੋ ਗਈ ਮੁਟਿਆਰ ਤੂੰ ਛੱਡ ਦੇ ਦਾਰੂ ਬੇ ਮਾਈਆ ਬੜਾ ਅੱਛਾ ਕੀਤਾ ਬਿਲਕੁਲ ਤੇ ਮਤਲਬ ਇਹ ਜਦੋਂ ਧੀਆਂ ਪੁੱਤ ਜਵਾਨ ਹੋ ਜਾਣ ਉਦੋਂ ਮਤਲਬ ਸੁਧਰ ਜਾਣਾ ਚਾਹੀਦਾ
रखड़ी मैं जसवाल साहब ने एक बार गीत गाया ਉੱਥੇ ਕਾਫੀ ਬੰਦੇ ਮੰਤਰੀ ਸੰਤਰੀ ਪਹੁੰਚੇ ਹੋਏ ਸੀ ਇੱਕ ਮਾਈ ਨੇ ਮੈਨੂੰ ਬੜੀ ਫਰਮਾਇਸ਼ ਕੀਤੀ ਥੋੜੇ ਲੜ ਤੋਂ ਨਾ ਪੈਸੇ ਖੋਲ ਕੇ ਦਿੱਤੇ ਮੈਨੂੰ ਮੈਨੂੰ ਕਹਿੰਦੇ ਗੀਤ ਇਹਨਾਂ ਦੀ ਭਾਸ਼ਣ ਤਾਂ ਮੈਂ ਸੁਣਦੀ ਰਹਿੰਦੀ ਹਾਂ ਵੀ ਮੈਨੂੰ ਇਹ ਤਾਂ ਗੀਤ ਸੁਣਾਓ ਕੋਈ ਭੈਣਾਂ ਪਈਆਂ ਦਾ ਮੈਂ ਉਹਨੂੰ ਗੀਤ ਸੁਣਾ ਵੀ ਹੁਣ ਪੇਕੇ ਤੋਂ ਠੰਡੀ ਹਵਾਵਾਂ ਵੀਰ ਮੇਰੇ ਰਹਿਣ ਵਾਸਤੇ ਮੈਂ ਸਟੇਜ ਸ਼ੋਅ ਤਾਂ ਮੈਂ ਬਹੁਤ ਦੇਸ਼ ਗਿਆ ਬਾਜੀ ਮਹਾਰਾਜ ਨੇ ਬੜੀ ਸੁਣੀ ਆ ਅਮਰੀਕਾ ਕੈਨੇਡਾ ਇੰਗਲੈਂਡ ਵਗੈਰਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਇਟਲੀ ਜਰਮਨ ਕਾਫੀ ਦੇਸ਼ ਮੈਂ ਗਿਆ ਵਾਂ ਬੜੇ ਦੇਸ਼ ਉੱਥੇ ਵੀ ਮੈਨੂੰ ਬੜਾ ਹੁੰਗਾਰਾ ਮਿਲਿਆ ਉੱਥੇ ਮੈਂ ਤੋਂ ਚੰਗੇ ਗੀਤ ਲੋਕ ਸੁਣਦੇ ਇੱਕ ਵਾਰੀ ਅਮਰੀਕਾ ਸਾਡਾ ਹਿਊਸਟਨ ਯੂਨੀਵਰਸਿਟੀ ਪ੍ਰੋਗਰਾਮ ਸੀ ਉੱਥੇ ਮੈਂ ਤੋਂ ਭੈਣਾਂ ਪਾਈਆਂ ਤੋਂ ਸ਼ੁਰੂ ਹੋ ਕੇ ਫੌਜੀਆਂ ਦੇ ਗੀਤ ਇੱਕ ਮੇਰਾ ਗੀਤ ਆਇਆ ਸੀ ਸੇਵਾ ਸੰਘ ਦੀ ਜੋ ਸੇਵਾ ਕਰਦੇ ਸੰਘ ਦੀ ਬੜਾ ਲੋਕਾਂ ਨੇ ਹੁੰਗਾਰਾ ਦਿੱਤਾ ਬਹੁਤ ਵਧੀਆ ਭਾਜੀ ਜਿਵੇਂ ਤੁਹਾਡਾ ਅਮਰ ਸਿੰਘ ਚਮਕੀਲਾ ਜੀ ਨਾਲ ਵੀ ਚੰਗਾ ਪਿਆਰ ਹੈ ਤੇ ਗਾਣੇ ਵੀ ਉਹਨਾਂ ਨੇ ਗਾਏ ਹਾਂ ਉਹਨਾਂ ਸਾਡੇ ਥੱਲੇ ਆਪੇ ਸੀ ਕਿਉਂਕਿ ਉਹਨਾਂ ਦਾ ਲੱਖਾਂ ਕਰੋੜਾਂ ਫੈਨ ਹਜੇ ਤੱਕ ਵੀ ਆ ਉਹਨਾਂ ਬਾਰੇ ਸਾਨੂੰ ਕੁਝ ਦੱਸੋ ਵੀ ਉਹ ਗੱਲ ਹੈ ਵੀ ਆਪ ਕਿਵੇਂ ਸਵਾਪ ਬਣੇ ਸੀ ਕਿਉਂਕਿ ਖੁਦ ਬੜਾ ਵਧੀਆ ਲਿਖਦੇ ਸੀ ਤੁਹਾਡਾ ਗੀਤ ਕਿਉਂ ਹੁੰਦਾ ਸੀ ਉਹਦੇ ਨਾਲ ਮੇਰੀ ਬੜੀ ਮਿੱਤਰਤਾ ਸੀ ਉਹਨੇ ਹੋਰ ਵੀ ਕਾਫੀ ਕਲਾਕਾਰਾਂ ਦੇ ਗੀਤਕਾਰਾਂ ਦੇ ਗੀਤ ਗਾਏ ਆ ਤੇ ਮੈਨੂੰ ਕਹਿੰਦਾ ਹੁੰਦਾ ਸੀ ਪਾਲੀ ਦੇਤ ਵਾਲੀ ਤੇਰਾ ਮੈਂ ਜ਼ਰੂਰ ਗੀਤ ਗਾਉਣਾ ਵੀ ਜਦੋਂ ਮੈਂ ਚੱਲ ਗਿਆ ਉਹਨੇ ਚੇਲੇ ਤੇ ਮੇਰਾ ਗੀਤ ਗਾਇਆ ਮੇਰਾ ਬਹੁਤ ਅੱਛਾ ਗੀਤ ਗਾਇਆ ਵਾ ਸੋਬਰ ਜਿਹਾ ਗੀਤ ਸੀਗਾ ਬਾਕੀ ਗੱਲ ਹੈ ਵੀ ਉਹਦਾ ਸੁਭਾਅ ਬਹੁਤ ਚੰਗਾ ਸੀ ਬਾਕੀ ਗੱਲ ਹੈ ਵੀ ਦੁਨੀਆਦਾਰੀ ਦਾ ਪਤਾ ਨਹੀਂ ਲੱਗਦਾ ਬਾਕੀ ਵਾਹਿਗੁਰੂ ਨੇ ਕਰਮਾਂ ਜੀ ਦੇ ਉਮਰ ਲਿਖੀ ਹੁੰਦੀ ਹੈ ਹਾਂ ਬਿਲਕੁਲ ਸਮਾਂ ਆ ਜਾਂਦਾ ਬਿਲਕੁਲ ਬਿਲਕੁਲ ਤੇ ਭਾਜੀ ਹੁਣ ਸਾਨੂੰ ਤੁਸੀਂ ਇਹ ਦੱਸੋ ਵੀ ਤੁਹਾਡਾ ਮਨਪਸੰਦ ਕਲਾਕਾਰ ਕੌਣ ਹੈ ਜੀ ਮੇਰਾ ਮਨਪਸੰਦ ਕਲਾਕਾਰ ਬਹੁਤ ਨੇ ਵੀਰੇ ਜਿੰਨੇ ਸਾਡੇ ਯਮਲਾ ਜੀ ਤੋਂ ਸ਼ੁਰੂ ਹੋ ਗਏ ਮਾਨਕ ਜੀ ਛਿੰਦਾ ਜੀ ਤੇ ਤੁਸੀਂ ਯਮਲਾ ਜੀ ਦਾ ਕੋਈ ਗਾਣਾ ਸਾਨੂੰ ਸੁਣਾਓ ਹਾਂ ਯਮਲਾ ਜੀ ਦਾ ਗੀਤ ਸੁਣਾਓ ਉਹਨਾਂ ਦੇ ਗਾਣੇ ਤਾਂ ਮੈਨੂੰ ਲੱਗਦਾ ਵੀ ਜਦੋਂ ਤੱਕ ਇਹ ਸੰਗੀਤ ਰਹੂਗਾ ਚੱਲਦੇ ਰਹਿਣੇ ਆ ਉਹਨਾਂ ਨੂੰ ਆਵਾਜ਼ ਥੋੜ੍ਹੀ ਜਿਹੀ ਸਾਰੇ ਜੇ ਕੱਢ ਕੇ ਦਿਖਾ ਦਿੰਦਾ ਵੀ ਜਿਵੇਂ ਉਹ ਗਾਉਂਦੇ ਸੀ ਫਿਰ ਗੱਲ ਵੱਖ ਹੋ ਜਾਣੀ ਹੈ ਜੀ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋ ਸਖੀਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਹੋ ਨਾ ਕਰ ਨੀਂਦ ਪਿਆਰੀ ਇੰਨੀ ਕਿਸੇ ਨੀ ਫੇਰ ਉਠਾਉਣਾ ਹੋ ਦੇਖੀ ਤੈਨੂੰ ਜਾਗ ਨਹੀਂ ਆਉਣੀ ਕਿਦਨੀ ਐਸਾ ਸੋਹਣਾ ਹੋ ਇਸ ਮਿੱਟੀ ਨੇ ਫਿਰ ਨੀ ਸੁਣਨੇ ਵੱਜਣ ਕੰਨਾਂ ਵਿੱਚ ਠੋਲ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਉਹਨਾਂ ਦੀ ਯਾਦ ਆ ਗਈ ਬਿਲਕੁਲ ਐਂ ਲੱਗਦਾ ਵੀ ਉਹੀ ਗਾ ਰਿਹਾ ਬਹੁਤ ਜ਼ਿਆਦਾ ਸੋਹਣਾ ਮੇਰੇ ਵਿਆਹ ਨੂੰ ਨਾ ਮੈਨੂੰ ਚੇਤਾ ਵੀ ਮੇਰਾ ਸਿਹਰਾ ਯਮਲਾ ਜੀ ਨੇ ਬੋਲਿਆ ਸੀਗਾ ਅੱਛਾ ਕੀ ਬਾਤ ਹੈ ਹਾਂ ਅਸੀਂ ਚੰਡੀਗੜ੍ਹ ਗਏ ਸੀ ਵਿਆਹ ਨੂੰ ਸਿਫਤ ਕਰਨੀ ਹੁੰਦੀ ਲਾੜੇ ਦੀ ਵੀ ਲਾੜਾ ਬਹੁਤ ਚੰਗਾ ਇਹਦੇ ਚਾਚੇ ਤਾਏ ਆ ਇਹਦੇ ਮਾਮੇ ਨੱਚਦੇ ਫਿਰਦੇ ਆ ਹਾਂਜੀ ਹਾਂਜੀ ਹਾਂ ਨੱਚਦੇ ਫਿਰ ਵੀ ਅੱਜ ਇਹਨਾਂ ਨੂੰ ਬੜੀ ਖੁਸ਼ੀ ਆ ਨਾ ਇਹੀ ਸਿਹਰੇ ਦਾ ਮਤਲਬ ਬਸ ਉਹਦੀ ਜਿਹੜੀ ਲਾੜੇ ਨੂੰ ਚੰਨ ਵਰਗਾ ਥਾਂ ਲਾੜਾ ਜਿਹੋ ਜਿਹਾ ਮਰਜ਼ੀ ਹੋ ਗਿਆ ਚਲੋ ਵਧੀਆ ਲਾੜਾ ਚੰਨ ਵਰਗਾ ਹੀ ਹੁੰਦਾ ਹਾਂ ਉਹ ਦਿਨ ਆਇਆ ਭਾਗਾਂ ਵਾਲਾ ਠਾਠਾ ਪਿਆ ਮਾਰਦਾ ਦਿਨ ਆਇਆ ਭਾਗਾਂ ਵਾਲਾ ਠਾਠਾ ਪਿਆ ਮਾਰਦਾ ਤੂਫਾਨ ਅੱਜ ਦਿਲਾਂ ਦੀ ਉਮੰਗ ਦਾ ਬਈ ਸੇਰਾ ਰੰਗਲਾ ਲਾੜੇ ਦਾ ਮੁੱਖ ਰੰਗ ਦਾ ਬਈ ਸੇਰਾ ਰੰਗਲਾ ਲਾੜੇ ਦਾ ਮੁੱਖ ਰੰਗ ਦਾ ਬਈ ਇਹ ਬਾਜੀ ਸੇਰੇ ਗਾਉਂਦੇ ਹੁੰਦੇ ਸੀ ਉਦੋਂ ਕਿਤੇ 400-500 ਰੁਪਇਆ ਨਾਮ ਬਣ ਜਾਣਾ ਲੱਗਣਾ ਵੀ ਹੁਣ ਮਹੀਨਾ ਪੂਰਾ ਲੰਘ ਜਾਣਾ ਹੁਣ ਲੱਖਾਂ ਨਾਲ ਵੀ ਕਈ ਸਿੰਗਰ ਕਹਿੰਦੇ ਹੁਣ ਭਾਜੀ ਇਹ ਸਬਰ ਸੰਤੋਖ ਦੀ ਗੱਲ ਮੈਨੂੰ ਵੈਸੇ ਨਾ ਮੈਨੂੰ ਬਹੁਤ ਕਲਾਕਾਰ ਵੀ ਕਈ ਕਹਿ ਦਿੰਦੇ ਆ ਮੈਨੂੰ ਆਮ ਬੰਦੇ ਕਹਿੰਦੇ ਤੂੰ ਯਾਰ ਪੈਸੇ ਕੱਟ ਲੈਣਾ ਪਾਲੀ ਵੀ ਆਪਦੀ ਗਾਇਕੀ ਦੇ ਹਿਸਾਬ ਨਾਲ ਵੀ ਜੇ ਤੂੰ ਗੀਤ ਸੁਣਾ ਕੇ ਆਉਣਾ ਤੂੰ ਲੱਖਾਂ ਦਾ ਕੰਮ ਕਰਕੇ ਤੂੰ ਪੈਸੇ ਹਜ਼ਾਰਾਂ ਚ ਲੈਣਾ ਭਾਜੀ ਗੱਲ ਉਹ ਆ ਕਿ ਹੁਣ ਤੁਹਾਡੀ ਅਸੀਂ ਇੰਟਰਵਿਊ ਕਰ ਰਹੇ ਆ ਹਾਂਜੀ ਤੁਹਾਨੂੰ ਐ ਲੱਗਦਾ ਵੀ ਜਿਵੇਂ ਗਾਉਣ ਦਾ ਚਾਅ ਬਹੁਤ ਜ਼ਿਆਦਾ ਆ ਬਿਲਕੁਲ ਬਿਲਕੁਲ ਆਪਣੇ ਇੰਟਰਵਿਊ ਦੇਖ ਰਹੇ ਸਰੋਤੇ ਤੁਸੀਂ ਹਰੇਕ ਗੱਲ ਤੇ ਤੁਹਾਨੂੰ ਐਵੇਂ ਗਾਣਾ ਗਾਵਾਂ ਨਹੀਂ ਤਾਂ ਇੰਟਰਵਿਊ ਲੈਣ ਬੈਠ ਜੀ ਅਗਲੇ ਦੋ ਗਾਣੇ ਮੈਂ ਤੇਰਾ ਬਾਈ ਗਾ ਦੇ
ਪਤਾ ਕੀ ਗੱਲ ਇਹ ਸਾਡੀ ਅਸਲੀ ਕਮਾਈ ਇਹ ਹੈ ਬਾਜੀ ਅਸੀਂ ਸਾਡੀਆਂ ਗੱਲਾਂ ਬਾਤਾਂ ਲੋਕੀ ਘੱਟ ਸੁਣਦੇ ਆ ਸਾਡੀ ਲੋਕੀ ਸਾਨੂੰ ਸਟੇਜ ਤੇ ਗਾਉਣ ਹੀ ਲੈ ਕੇ ਜਾਂਦੇ ਆ ਜੇ ਅਸੀਂ ਉੱਥੇ ਗੀਤ ਹੀ ਨਾ ਗਾਏ ਗੱਲਾਂ ਬਾਤਾਂ ਤਾਂ ਆਮ ਲੋਕੀ ਸੁਣੀਏ ਗੱਲਾਂ ਬਾਤਾਂ ਸਾਡੀ ਜ਼ਿੰਦਗੀ ਬਾਰੇ ਲੋਕੀ ਜਾਣਨਾ ਚਾਹੁੰਦੇ ਹੁੰਦੇ ਆ ਤੇ ਪਰ ਇੰਨਾ ਵੀ ਨਹੀਂ ਜਾਣਨਾ ਚਾਹੁੰਦੇ ਅਸੀਂ ਗੀਤ ਗਾਉਂਦੇ ਨਖਰ ਕਰਨ ਲੱਗ ਜਾਈਏ ਵੀ ਮੈਂ ਤਾਂ ਗੀਤ ਹੀ ਨਹੀਂ ਗਾਉਣਾ ਚਾਹੀਦਾ ਬਿਲਕੁਲ ਜੀ ਅੱਜ ਕੱਲ੍ਹ ਡੇਢ ਦੋ ਘੰਟੇ ਤੋਂ ਬਾਅਦ ਕੋਈ ਗਾਉਂਦਾ ਹੀ ਨਹੀਂ ਡੇਢ ਘੰਟੇ ਤੱਕ ਭਾਜੀ ਅੰਤ ਦੇ ਵਿੱਚ ਤੁਸੀਂ ਆਪਣਾ ਮਨ ਪਸੰਦ ਗਾਣਾ ਜ਼ਰੂਰ ਸੁਣਾ ਦਿਓ ਇੱਕ ਫਿਰ ਆਪਾਂ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਤੇ ਦਰਸ਼ਕਾਂ ਨੇ ਵੀ ਕਾਫੀ ਲੰਬੀ ਹੋ ਗਈ ਇੰਟਰਵਿਊ ਆਉਣ ਪੇਕਿਆਂ ਤੋਂ ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ ਜਿਹੜਾ ਕਦੇ ਧੀਆਂ ਨੂੰ ਵੀ ਜਾਣ ਜੋਗੀਆਂ ਕਿਹਾ ਕਰ ਬੜਾ ਸੋਹਣਾ ਗਾਣਾ ਮੇਰਾ ਫੇਵਰੇਟ ਆ ਪੁੱਤਾਂ ਤਾਂ ਜਿਉਣ ਜੋਗੇ ਹਰੇਕ ਹੀ ਕਹਿੰਦਾ ਬਿਲਕੁਲ ਇਹ ਗੱਲ ਬਹੁਤ ਜ਼ਿਆਦਾ ਸੋਹਣੀ ਤੁਸੀਂ ਕਹੀ ਸੀ ਦਿਲ 'ਚ ਲੱਗ ਗਈ ਗੱਲ ਮਾਂ ਵੀ ਕਹਿੰਦੀ ਧੀਆਂ ਤਾਈਂ ਮਰ ਜਾਣੀਆਂ ਬਾਪੂ ਵੀ ਕਹਿੰਦਾ ਧੀਆਂ ਤਾਈਂ ਮਰ ਜਾਣੀਆਂ ਪਰ ਇਹ ਦੁੱਖੜੇ ਹੰਢਾਉਣ ਜੋਗੀਆਂ ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰ ਜਿਉਣ ਜੋਗੀਆਂ ਪੁੱਤਾਂ ਤਾਈਂ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰ ਜਿਉਣ ਜੋਗੀਆਂ ਧੀਆਂ ਨੂੰ ਵੀ ਕਿਹਾ ਕਰ ਜਿਉਣ ਜੋਗੀਆਂ ਬਹੁਤ ਜ਼ਿਆਦਾ ਭਾਜੀ ਸੋਹਣਾ ਇੰਨੇ ਸੋਹਣੇ ਜਿਹੜੇ ਤੁਹਾਡੇ ਸ਼ਬਦ ਆ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਸੋ ਦੋਸਤੋ ਆਪਾਂ ਹੋਰ ਵੀ ਤੁਹਾਡੇ ਨਾਲ ਫਿਰ ਕਦੇ ਮੌਕਾ ਮਿਲਿਆ ਤਾਂ ਪਾਲੀ ਦੇਲ ਵਾਲੀ ਤੁਹਾਡੀ ਮੁਲਾਕਾਤ ਕਰਾਵਾਂਗੇ ਸੋ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ ਜੀ ਬਹੁਤ ਬਹੁਤ ਧੰਨਵਾਦੀਆਂ ਸੀ ਤੁਹਾਡੇ ਸ਼ੁਕਰੀਆ ਜੀ ਸ਼ੁਕਰੀਆ ਸੋ ਦੋਸਤੋ ਮੈਂ ਤੁਹਾਨੂੰ ਅੰਤ ਵਿੱਚ ਰਿਕੁਐਸਟ ਕਰਾਂਗਾ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਤੁਸੀਂ ਰਾਇ ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਿੰਨੇ ਵੀ ਪਾਲੀ ਦੇਤਵਾਲੀ ਜੀ ਦੇ ਫੈਨ ਆ ਇਸ ਵੀਡੀਓ ਦੇ ਹੇਠਾਂ ਲਿਖਿਓ ਫੈਨ ਪਾਲੀ ਦੇਤਵਾਲੀਆ ਦੇ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਪਾਲੀ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕਣ ਅਤੇ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਸਭ ਤੋਂ ਪਹਿਲਾਂ ਪਹੁੰਚ ਸਕੇ ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ